ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ 9 ਮਹੀਨੇ ਵਾਲੇ ਪੇਪਰਾਂ ਦੇ ਵਿੱਚ ਜਿਹੜੇ ਇੰਟਰਸਟ ਰੱਖਦੇ ਆ ਮੇਰੇ ਵੀਰ ਨੂਲਾ ਉਸਤਾ ਅੜੀਕ ਰਹੇ ਆ ਜਾਂ ਫਿਰ ਪੇਪਰ ਭਰਾਉਣ ਬਾਰੇ ਸੋਚ ਰਹੇ ਆ, ਪੂਰੀ ਡਿਟੇਲ ਦੱਸਾਂਗੇ ਕਿਸ ਤਰ੍ਹਾਂ ਪੇਪਰ ਭਰੇ ਜਾਂਦੇ ਆ, ਕਿਸ ਤਰ੍ਹਾਂ ਉਹ ਜਿਹੜਾ ਆ ਨੂਲਾ ਉਸਤਾ ਜਿਹਨੂੰ ਕਹਿੰਦੇ ਆ ਕਿਸ ਤਰ੍ਹਾਂ ਕੰਮ ਕਰਦਾ ਆ ਬੈਸੀ ਦੇ ਵਿੱਚ। ਸੋ ਇਹ ਸਾਰਾ ਇਸ ਵੀਡੀਓ ਦੇ ਵਿੱਚ ਪੂਰਾ ਦੱਸਾਂਗੇ। ਤੇ ਹਰ ਵਾਰ ਦੀ ਤਰ੍ਹਾਂ ਇੱਕ ਵਾਰੀ ਫਿਰ ਤੁਹਾਨੂੰ ਕਹਿੰਦਾ, ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਤੁਹਾਡਾ ਇੱਕ ਲਾਈਕ ਸਾਡੇ ਲਈ ਇੱਕ ਐਨਰਜੀ ਦਾ ਕੰਮ ਦਿੰਦਾ ਆ, ਸਾਡਾ ਦਿਲ ਕਰਦਾ ਇੱਕ ਹੋਰ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਈਏ। ਸੋ ਸਭ ਨੂੰ ਪਹਿਲਾਂ ਜਿਹੜੇ 9 ਮਹੀਨੇ ਵਾਲੇ ਪੇਪਰ ਆ ਜਦੋਂ ਭਰ ਹੁੰਦੇ ਆ, ਜਿਹੜੇ ਤੁਹਾਨੂੰ ਤੁਸੀਂ ਆਪਣੇ ਬੰਦੇ ਨੂੰ ਕਿਸੇ ਨੂੰ ਡਾਕੂਮੈਂਟ ਜਾਂ ਪਾਸਪੋਰਟ ਦੀ ਫੋਟੋ ਕਾਪੀ ਦਿੰਦੇ ਆ, ਸੋ ਪਹਿਲਾਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜ਼ਿਆਦਾ ਪੈਸੇ ਨਾ ਦਿਆ ਕਰੋ, ਥੋੜੇ ਜਿਹੇ ਪੈਸੇ ਦੇ ਕੇ ਹੀ ਪੇਪਰ ਭਰਾਇਆ ਕਰੋ। ਕਿਉਂਕਿ ਜਦੋਂ ਤੁਸੀਂ ਪੈਸੇ ਦੇ ਦਿੰਦੇ ਆ ਉਹਦੇ ਵਿੱਚ ਪੂਰਾ ਗਰੰਟੀ ਨਹੀਂ ਹੁੰਦੀ ਵੀ ਉਹ ਪੇਪਰ ਨਿਕਲਣੇ ਹੀ ਨਿਕਲਣੇ ਆ। ਸੋ ਜੇ ਥੋੜੇ ਜਿਹੇ ਪੈਸੇ ਦਿੱਤੇ ਹੋਊਗੇ ਫਿਰ ਚਾਂਸ ਹੁੰਦੇ ਆ, ਜਾਂ ਨਹੀਂ ਹੁੰਦੇ ਬਾਅਦ ਚੋਂ ਤੁਸੀਂ ਦੇ ਦਿਆ ਕਰੋ। ਸੋ ਜਿਹੜਾ ਨੂਲਾ ਉਸਦਾ ਚੈੱਕ ਕਰਨਾ ਆ ਉਹ ਕਿਸ ਤਰ੍ਹਾਂ ਚੈੱਕ ਕਰਨਾ ਉਹ ਵੀ ਮੈਂ ਅੱਗੇ ਵੀਡੀਓ ਬਣਾਊਂਗਾ। ਸੋ ਵੀਡੀਓ ਇਹ ਲੰਬੀ ਹੋ ਜਾਣੀ ਸੀ ਤਾਂ ਨਹੀਂ ਬਣਾਈ। ਸੋ ਪਹਿਲਾਂ ਜਦੋਂ ਤੁਸੀਂ ਪੇਪਰ ਭਰਦੇ ਆ, ਸਾਡੇ ਅਸੀਂ ਕਿਸੇ ਬੰਦੇ ਨੂੰ ਆਪਣੀ ਫੋਟੋ ਕਾਪੀ ਭੇਜਦੇ ਹਾਂ, ਉਹ ਮਾਲਕ ਨੂੰ ਦਿੰਦਾ, ਮਾਲਕ ਆਪਣੀ ਕਮਰਚੀ ਲਿਸਟਾਂ ਨੂੰ ਜਾਂ ਵਕੀਲ ਨੂੰ ਜਾਂ ਕਿਸੇ ਨੂੰ ਵੀ ਦੇ ਕੇ ਆਪਣੇ ਡਾਕੂਮੈਂਟ ਜਿਹੜੀ ਸਪਿੱਡ ਆਈ ਡੀ ਤੋਂ ਇਹ ਜਿਹੜੇ ਪੇਪਰ ਜਿਹੜੇ ਭਰ ਹੋਣੇ ਆ ਉਹ ਕਮਰਚੀ ਲਿਸਟਾਂ ਜਾਂ ਫਿਰ ਵਕੀਲ ਉਹਦਾ ਉਹ ਭਰਦਾ, ਉਹਦੇ ਡਾਕੂਮੈਂਟ ਲੈ ਕੇ ਜਿੰਨੇ ਬੰਦਿਆਂ ਦੀ ਲੋੜ ਹੁੰਦੀ ਆ ਉਨੇ ਹੀ ਭਰ ਦਿੰਦੇ ਆ। ਕਈ ਬੰਦੇ ਜ਼ਿਆਦਾ ਭਰ ਦਿੰਦੇ ਆ, ਕਈ ਆਪਣੇ ਬੰਦੇ ਹੀ ਜ਼ਿਆਦਾ ਭਰਾ ਲੈਂਦੇ ਆ ਆਪਣੇ ਲਾਲਚ ਦੇ ਮਾਰੇ, ਉਹ ਜਿਹੜੇ ਬਾਕੀ ਪੇਪਰ ਨਿਕਲਣੇ ਉਹਦੇ ਉਹ ਵੀ ਨਹੀਂ ਨਿਕਲਦੇ। ਸੋ ਗੱਲ ਅੱਗੇ ਕਰਦੇ ਆ ਵੀ ਜਦੋਂ ਪੇਪਰ ਭਰ ਲਏ ਜਾਂਦੇ ਆ ਤੇ ਉਹ ਜਦੋਂ ਨਿਕਲਦੇ ਆ ਉਹ ਲੈਟਰ ਆਉਂਦਾ ਆ ਜਾਂ ਮੇਲ ਆਉਂਦੀ ਆ ਵੀ ਤੁਹਾਡੇ ਪੇਪਰ ਰੈਡੀ ਆ, ਤੇ ਉਹ ਜਿਹੜਾ ਮਾਲਕ ਨੂੰ ਉਹ ਜਿਹੜਾ ਨੂਲਾ ਉਸਤਾ ਆ ਉੱਥੋਂ ਪਰਫਾਤੂਰੇ ਤੋਂ ਜਾ ਕੇ ਮਿਲ ਜਾਂਦਾ ਆ। ਅਗਲਾ ਉਹ ਜਿਹੜਾ ਆ ਜਦੋਂ ਉਹ ਮਾਲਕ ਜਿਸ ਬੰਦੇ ਦਾ ਨੂਲਾ ਉਸਤਾ ਜਿਸ ਬੰਦੇ ਨੇ ਕੀਤਾ ਹੁੰਦਾ ਉਹਨੂੰ ਦਿੰਦਾ। ਸੋ ਉਹ ਮਾਲਕ ਤੋਂ ਨੂਲਾ ਉਸਤਾ ਲੈ ਕੇ ਬਾਈ ਪੋਸਟ ਇੰਡੀਆ ਕਰ ਦਿੰਦਾ ਆ। ਸੋ ਜਦੋਂ ਤੁਹਾਡੇ ਕੋਲ ਨੂਲਾ ਉਸਤਾ ਜਾਂਦਾ ਆ ਤੁਹਾਡਾ ਇਹ ਜਿਹੜੇ ਤੁਹਾਡੇ ਪਾਸਪੋਰਟ ਦੀ ਫੋਟੋ ਕਾਪੀ ਧਿਆਨ ਰਹੇ ਜਿਹੜਾ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਜਦੋਂ ਤੁਹਾਨੂੰ ਉਹ ਪੇਪਰ ਭੇਜਦਾ ਆ ਨੂਲਾ ਉਸਤੇ ਦੀ ਫੋਟੋ ਕਾਪੀ ਫੋਨ ਤੇ ਭੇਜਦਾ ਵੀ ਹੁਣ ਤੋਂ ਵੀ ਤੁਹਾਡਾ ਨੂਲਾ ਉਸਤਾ ਨਿਕਲਿਆ ਰੈਡੀ ਆ, ਤੁਸੀਂ ਉਹ ਚੈੱਕ ਜ਼ਰੂਰ ਕਰਨਾ ਆ। ਮੈਂ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗਾ ਕਿਸ ਤਰ੍ਹਾਂ ਉਹ ਨੂਲਾ ਉਸਤਾ ਚੈੱਕ ਕਰਨਾ, ਉਹਦੇ ਉੱਤੇ ਇੱਕ ਨੰਬਰ ਹੁੰਦਾ ਆ ਉਹ ਪਾ ਕੇ ਤੁਸੀਂ ਚੈੱਕ ਕਰ ਸਕਦੇ ਆ। ਸੋ ਜਿਹੜਾ ਇਹ ਜਦੋਂ ਭੇਜਦਾ ਆ ਉਹ ਤੁਸੀਂ ਪਹਿਲਾਂ ਸਾਰਿਆਂ ਨੂੰ ਆਪਣਾ ਪਾਸਪੋਰਟ ਦੀ ਡੇਟ ਆਫ ਬਰਥ ਤੇ ਆਪਣਾ ਨਾਂ ਪਿੰਡ ਦਾ ਨਾਂ ਸਾਰਾ ਕੁਛ ਚੈੱਕ ਕਰਨਾ ਜੋ ਉਹਦੇ ਨੂਲੇ ਉਸਤੇ ਤੇ ਡਿਟੇਲ ਹੋਊਗੀ। ਜਦੋਂ ਚੈੱਕ ਕਰਕੇ ਸਾਰਾ ਕੁਛ ਠੀਕ ਆ ਫਿਰ ਤੁਸੀਂ ਅੰਬੈਸੀ ਤੋਂ ਜਦੋਂ ਅਪੋਇੰਟਮੈਂਟ ਲੈਣੀ ਆ ਉਹ ਪੇਪਰ ਤੁਹਾਡਾ ਤੁਹਾਡੀ ਪਾਸਪੋਰਟ ਦੀ ਫੋਟੋ ਕਾਪੀ ਲੱਗਦੀ ਆ, ਤੁਹਾਡਾ ਨੂਲਾ ਉਸਤਾ ਲੱਗਦਾ, ਤੁਹਾਡਾ ਪਾਸਪੋਰਟ ਲੱਗਦਾ ਆ, ਤੁਹਾਡਾ ਨੂਲਾ ਉਸਤਾ ਲੱਗਦਾ ਆ, ਜੋ ਫੀਸ ਵਾ ਉਹ ਲੱਗਦੀ ਆ, ਜਿਹੜਾ ਇਹ ਜਿਹੜੇ ਫਾਰਮ ਉਹ ਭਰੇ ਹੋਣੇ ਆ ਉਹ ਤੁਸੀਂ ਦਫ਼ਤਰ ਬਣੇ ਆ ਉੱਥੋਂ ਜਾ ਕੇ ਭਰਾ ਸਕਦੇ ਆ ਬਹੁਤ ਸੌਖੇ ਤਰੀਕੇ ਨਾਲ। ਸੋ ਉਸ ਤੋਂ ਬਾਅਦ ਦੇ ਵਿੱਚੋਂ ਜਿਹੜਾ ਇੱਕ ਫਾਰਮ ਆ ਇੱਕ ਬਣਦਾ ਆ, ਪਿਛਲੇ ਸਾਲ ਬਣਿਆ ਸੀ, ਇਸ ਸਾਲ ਮੈਂ ਕਿਸੇ ਬੰਦੇ ਨਾਲ ਕੰਟੈਕਟ ਨਹੀਂ ਕੀਤਾ ਵੀ ਕਿੱਦਾਂ ਕੀ ਬਣਦਾ ਆ। ਸੋ ਮੈਂ ਗੂਗਲ ਤੇ ਚੈੱਕ ਵੀ ਕਰੂੰਗਾ ਫਿਰ ਅਗਲੀ ਵੀਡੀਓ ਦੇ ਵਿੱਚ ਦੱਸੂੰਗਾ। ਪਿਛਲੇ ਸਾਲ ਫਾਰਮ ਬਣਦਾ ਸੀ ਵੀ ਉਹ ਖੇਤੀ ਦਾ ਬਣਦਾ ਸੀ, ਮੈਂ ਖੇਤੀ ਦਾ ਮੇਰਾ ਐਕਸਪੀਰੀਅੰਸ ਵਾ ਜਾਂ ਕੁਛ ਵੀ ਉੱਤੇ ਹੀ ਜਿੱਦਾਂ ਬਣ ਜਾਂਦਾ ਆ ਉਹ ਸੌਖਾ ਹੀ ਉਹ ਬਣਾ ਕੇ ਤੇ ਤੁਸੀਂ ਉਹ ਪੇਪਰ ਜਮ੍ਹਾਂ ਕਰਾ ਦੇਣੇ ਆ। ਤੁਹਾਡੀ ਜਦੋਂ ਪੌਂਤਾਵੇਂ ਤੋਂ ਮਿਲਣੀ ਆ, ਜਦੋਂ ਕੰਪਿਊਟਰ ਦੇ ਵਿੱਚ ਪਾਉਣਾ ਆ, ਜਦੋਂ ਤੁਹਾਨੂੰ ਪੌਂਤਾਵੇਂ ਤੋਂ ਮਿਲਣੀ ਆ ਉਤੋਂ ਹੀ ਕਈ ਬੰਦੇ ਅੰਦਾਜ਼ਾ ਲਾ ਲੈਂਦੇ ਆ। ਮੈਂ ਸੁਣਿਆ ਕਿ ਉਹ ਪੌਂਤਾਵੇਂ ਤੋਂ ਤਾਂ ਹੀ ਮਿਲਦੀ ਆ ਜੇ ਆਪਣਾ ਜਿਹੜਾ ਨੂਲਾ ਉਸਤਾ ਰੀਜਨਲ ਵਾ ਉਹਨਾਂ ਦੇ ਜਿਹੜਾ ਇੱਥੇ ਪਰਫਾਤੂਰੇ ਜਿਹੜੀ ਇਟਾਲੀਅਨ ਜਿਹੜਾ ਇਹ ਅਦਾਰਾ ਹੈ ਜਿਹੜਾ ਨੂਲਾ ਉਸਤਾ ਇਮੀਗ੍ਰੇਸ਼ਨ ਦਾ ਜਾਰੀ ਕਰਦਾ, ਜਦੋਂ ਇਹ ਨੂਲਾ ਉਸਤਾ ਤੁਹਾਨੂੰ ਕੱਢਦਾ ਆ ਇਹ ਜਿਹੜਾ ਆ ਇਹ ਜਿਹੜੇ ਇੰਡੀਆ ਦੇ ਵਿੱਚ ਆ ਜਾਂ ਪਾਕਿਸਤਾਨ 'ਚ ਜਾਂ ਬੰਗਲਾਦੇਸ਼ ਦੇ ਵਿੱਚ ਇਹਨਾਂ ਦੀਆਂ ਅੰਬੈਸੀਆਂ ਆ ਆਟੋਮੈਟਿਕਲੀ ਉਹਨਾਂ ਦੇ ਨੈੱਟ 'ਤੇ ਜਿਹੜਾ ਨੰਬਰ ਵਾ ਪੈ ਜਾਂਦਾ ਵੀ ਇਹ ਜਿਹੜਾ ਨੂਲਾ ਉਸਤਾ ਇਸ਼ੂ ਹੋ ਗਿਆ ਆ। ਸੋ ਜਦੋਂ ਤੁਸੀਂ ਅਪੋਇੰਟਮੈਂਟ ਲੈਣੀ ਹੈ ਇਹਨਾਂ ਦੀਆਂ ਤਾਰਾਂ ਇੰਡੀਆ ਅੰਬੈਸੀ ਦੇ ਨਾਲ ਜੁੜੀਆਂ ਹੁੰਦੀਆਂ ਜਦੋਂ ਤੁਹਾਡਾ ਨੂਲਾ ਉਸਤਾ ਜਾਰੀ ਕਰਦੇ ਆ। ਸੋ ਜਦੋਂ ਉਹ ਨੂਲਾ ਉਸਦਾ ਜਾਰੀ ਕਰਦੇ ਆ ਤੁਹਾਨੂੰ ਪੌਂਤਾਵੇਂ ਤੋਂ ਤਾਂ ਮਿਲਦੀ ਆ ਅਪੋਇੰਟਮੈਂਟ ਤਾਂ ਮਿਲਦੀ ਆ ਜੇ ਉਹ ਓਰਿਜਨਲ ਵਾ।
ਸੋ ਇਹ ਜਿਹੜਾ 9 ਮਹੀਨੇ ਵਾਲਾ ਜਿਹੜਾ ਵੀਜ਼ਾ ਆ ਇਹ ਬਹੁਤ ਜਲਦੀ ਲੱਗ ਜਾਂਦਾ ਆ, ਇਸ ਵਾਰੀ ਵੀ ਜਲਦੀ ਲੱਗੂਗਾ। ਸੋ ਉਮੀਦ ਆ ਇਹ ਵੀਡੀਓ ਤੁਹਾਨੂੰ ਹੈਲਪਫੁੱਲ ਹੋਈ ਹੋਵੇਗੀ। ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਰੂਲ ਹਾਊਸ ਦਾ ਚੈੱਕ ਕਿਸ ਤਰ੍ਹਾਂ ਕਰਨਾ ਆ। ਸੋ ਧੰਨਵਾਦ ਦੋਸਤੋ, ਜਿਨ੍ਹਾਂ ਜੀਵਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਹੀ ਬੈੱਲ ਆਈਕਨ ਦਾ ਬਟਨ ਜ਼ਰੂਰ ਦਬਾਇਆ ਕਰੋ, ਜ਼ਰੂਰੀ ਗੱਲ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ। ਸੋ ਧੰਨਵਾਦ ਦੋਸਤੋ, ਮਿਲਦੇ ਅਗਲੀ ਵੀਡੀਓ 'ਚ।